ਜਿਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪਿੰਕਿਆ ਉਸੇ ਫਿਰ ਗੁਰਵਾਸ ਨਭਰਿਆ ਰੇ ਸੁਤਹਾ ਟਲ ਗੁਰ ਸੇ ਐਨ ਸੁਸੈਨ ਸੁਭਾਰ ਹਰਿਸ਼ਨ ਪਸੇ ਆਏ ਗੁਰੂ ਕੈ ਜਨਮ ਮਰਨ ਸੁਖ ਜਾ ਵਾਹਿਗੁਰੂ ਜੀ ਧੰਨ ਧੰਨ ਗੁਰੂ ਗਰੀਬ ਬਨਵਾਰ ਤਨਾਸਰੀ ਮੈਨ ਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਨਿਰਜ ਸਮਾਧ ਆਸਰੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਰ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਲ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਰ ਬ੍ਰਹਮ ਸਿੰਘ ਡਾਗਰੇ ਹੋ ਮੇਰਾ ਜੀ ਆਦੇ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਬੀਤ ਰਹਾ ਮਨ ਵਿਰਾਜ ਮੈਂ ਸਾਹਿਬ ਕੇ ਅਚਲਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਦਿਖਾਈ ਮਨ ਵਿਰਾਜ ਮੈਂ ਸਾਹਿਬ ਕੇ ਅਚਲਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਦਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਸਨਮਾਨਯੋਗ ਸਤਿਗੁਰੂ ਸਾਹਿਬ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪੁੱਤਰ ਭਜਨ ਜੋ ਆਪ ਜੀ ਨੂੰ ਹੁਕਮਨਾਮਾ ਸਰਵਣ ਕੀਤਾ ਹੈ ਤਾਂ ਸ੍ਰੀ ਰਾਜ ਸਤਿਗੁਰੂ ਜੀ ਦਾ ਪੁੱਤਰ ਭਜਨ ਕਰਦਾ ਹੈ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸਮਾਨ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਆਪਣਾ ਹੱਥ ਦੇ ਕੇ ਰੱਖਦਾ ਸਾਸ ਸਾਸ ਪ੍ਰਤ ਪਾਲਣਾ ਕਰਦਾ ਪਰ ਕੋਈ ਆਪਣਾ ਹੋਵੇ ਤਾਂ ਸਾਡੀ ਗੱਲ ਇਹ ਹੈ ਅਸੀਂ ਕਹਿੰਦੇ ਹਾਂ ਸਭ ਕੁਝ ਆਪਣਾ ਇਕਰਾਮ ਪਰਾਇਆ ਸਾਨੂੰ ਮਾਲਕ ਜਿਹੜਾ ਉਹ ਪਰਾਇਆ ਲੱਗਦਾ ਬਾਕੀ ਸਾਨੂੰ ਸਭ ਕੁਝ ਆਪਣਾ ਇਸ ਕਰਕੇ ਜਦੋਂ ਮਾਲਕ ਸਾਨੂੰ ਆਪਣਾ ਲੱਗਣ ਲੱਗੇਗਾ ਉਸ ਦਿਨ ਸਾਡਾ ਬਾਕੀ ਵੀ ਸਭ ਕੁਛ ਆਪਣਾ ਹੋਏਗਾ ਇਸ ਕਰਕੇ ਉਹ ਫਿਰ ਜਦੋਂ ਉਸਦੇ ਅਸੀਂ ਆਪਣੇ ਬਣਨ ਦੀ ਕੋਸ਼ਿਸ਼ ਕਰਾਂਗੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸੇ ਕਰਕੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਵੀ ਤਾਂ ਕਿ ਅਸੀਂ ਉਸਦੇ ਆਪਣੇ ਬਣ ਸਕੀਏ ਜਦੋਂ ਉਸਦੇ ਆਪਣੇ ਬਣਾਂਗੇ ਉਸਨੂੰ ਆਪਣਾ ਬਣਾਵਾਂਗੇ ਤਾਂ ਫਿਰ ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਔਖੀ ਘੜੀ ਨਾ ਦੇਖਣ ਦੇ ਆਪਣਾ ਪਿੰਡ ਸੰਭਾਲੇ ਗੁਰੂ ਕਿਰਪਾਲਤਾ ਕਰੀਏ ਤਾਂ ਪ੍ਰਾਪਤ